ਪਾਜੀ ਤੇ ਅੰਮ੍ਰਿਤਸਰ ਦੇ ਵਿੱਚ ਬਹੁਤ ਬਟਰ ਨਾਨ ਖਾਦੇ ਹੋਣਗੇ ਪਰ ਐਡਾ ਬਟਰ ਨਾਨ ਗਰੰਟੀ ਨਾਲ ਕਿਥੇ ਨਹੀਂ ਖਾਦਾ ਹੋਣਾ ਸਰ ਔਰ ਐਡਾ ਕ੍ਰਿਸਪੀ ਐਡਾ ਲਾਲ ਬਟਰ ਨਾਨ ਉਹ ਵੀ ਦੇਸੀ ਘਿਓ ਦੇ ਨਾਲ ਤੇ ਮੂਲ ਮੱਖਣ ਦੇ ਨਾਲ ਨਿਚੋੜਿਆ ਆ ਇਹ ਦੇਖੋ ਜੀ ਅੱਜ ਮੈਂ ਤੁਹਾਨੂੰ ਦਿਖਾਉਣ ਜਾ ਰਹਾ ਕਿ ਸਾਡੀ ਪੈਕਿੰਗ ਦੀ ਕੁਆਲਿਟੀ ਕੀ ਹੈ ਤੇ ਕੁਆਂਟੀਟੀ ਕੀ ਹੈ ਸਰ ਇਹ ਦੇਖੋ ਇਹ ਸਾਡਾ ਜੀ ਪਾਜੀ ਇਹ ਕੜਾਈ ਪਨੀਰ ਹੈ ਜੀ ਕਿਆ ਬਾਤ ਤੁਹਾਡੇ ਸਾਹਮਣੇ ਦੇਖੋ ਜੀ ਅਮੂਲ ਮੱਖਣ ਦੀ ਕਰੀਮ ਅਮੂਲ ਮੱਖਣ ਤੇ ਦੇਸੀ ਘਿਓ ਨਾਲ ਤਿਆਰ ਨੇ ਆ ਜੀ ਉੱਤੇ ਇਹ ਕੁਆਲਿਟੀ ਨਾਲ ਸਾਡਾ ਕੋਈ ਵੀਰ ਜੀ ਕੰਪਰੋਮਾਈਜ਼ ਨਹੀਂ ਇਹ ਦੇਖੋ ਜੀ ਇਹ ਸਾਡੀ ਦਾਲ ਮਖਣੀ ਆ ਗਈ ਜੀ ਦਾਲ ਮਖਣੀ ਦੀ ਰੰਗਤ ਦੇਖੋ ਭਾਜੀ ਤੁਹਾਨੂੰ ਆਪਣੇ ਆਪ ਹੀ ਪਤਾ ਲੱਗ ਜਾਏਗਾ ਕਿ ਦਾਲ ਮਖਣੀ ਦੇ ਵਿੱਚ ਅਮੂਲ ਮੱਖਣ ਤੇ ਦੇਸੀ ਘਿਓ ਕਿਸ ਤਰ੍ਹਾਂ ਪੈਣ ਰਿਹਾ ਜੀ ਠੀਕ ਹੈ ਜੀ ਇਹ ਆ ਗਈ ਸਾਡੀ ਸਰ ਮਿਕਸਡ ਵੈਜੀਟੇਬਲ ਆਹ ਦੇਖੋ ਜੀ ਮਿਕਸਡ ਵੈਜੀਟੇਬਲ ਦੇਖੋ ਹਰ ਜਗ੍ਹਾ ਲੋਕੀ ਭਾਜੀ ਸਬਜ਼ੀਆਂ ਜਿਹੜੀਆਂ ਬੈਨ ਮੈਰੀ ਦੇ ਵਿੱਚ ਰੱਖ ਦਿੰਦੇ ਬੈਨ ਮੈਰੀ ਦੇ ਵਿੱਚ ਸਬਜ਼ੀ ਦਾ ਟੇਸਟ ਹੀ ਖਤਮ ਹੋ ਜਾਂਦਾ ਅਸੀਂ ਵੀਰ ਜੀ ਫਰੈਸ਼ ਜਾਦਾ ਸਬਜ਼ੀਆਂ ਬਣਵਾਈਂਦਾ ਨਾਲ ਨਾਲ ਗਰਮ ਕਰਕੇ ਉਹਨਾਂ ਨੂੰ ਚੰਗੀ ਤਰ੍ਹਾਂ ਬਣਾ ਕੇ ਗਰਮ ਕਰਦੇ ਰਹੇਦਾ ਤਾਂ ਕਿ ਉਹ ਸਬਜ਼ੀ ਦਾ ਟੇਸਟ ਜਿਹੜਾ ਖਤਮ ਨਹੀਂ ਹੋਣਾ ਚਾਹੀਦਾ ਅੱਜ ਮੈਂ ਤੁਹਾਨੂੰ ਲੈ ਕੇ ਜਾ ਰਿਹਾ ਬਣਾਉਣ ਜਾ ਰਿਹਾ ਪੈਕਿੰਗ ਕਰਵਾਉਣ ਲੈ ਕੇ ਜਾ ਰਿਹਾ ਵੀਰ ਜੀ ਦੇਖੋ ਅੱਜ ਮੈਂ ਤੁਹਾਨੂੰ ਕੜਾਈ ਪਨੀਰ ਪੈਕ ਕਰ ਹਰ ਜਗ੍ਹਾ ਤੁਸੀਂ ਜਿੱਥੇ ਵੀ ਜਾਂਦੇ ਹੋ ਭਾਜੀ ਰੈਸਟੋਰੈਂਟ ਜਾਂਦੇ ਹੋ ਟਾਬੇ ਜਾਂਦੇ ਹੋ ਪੈਕਿੰਗ ਕਰਵਾਉਣ ਜਾਂਦੇ ਤੁਸੀਂ ਹਰ ਜਗ੍ਹਾ ਕੋਈ ਵੀ ਤੁਹਾਨੂੰ ਅੱਜ ਇਸ ਇਸ ਡੇਟ ਦੇ ਵਿੱਚ ਇੰਨਾ ਵੱਡਾ ਕੰਟੇਨਰ ਕੋਈ ਨਹੀਂ 1000ml ਦਾ ਕੰਟੇਨਰ ਹੈ ਭਾਜੀ ਫੁੱਲ ਕੁਆਟਿਟੀ ਦੀ 1000ml ਦੀ ਹੈ ਔਰ ਸਿਰਫ ਮਾਤਰ ਕੜਾਈ ਪਨੀਰ 199 ਦਾ 1000 ਰੁਪਏ ਦੀ ਹਰ ਜਗ੍ਹਾ ਕਿਤੇ ਜਿੱਥੇ ਵੀ ਜਾਂਦੇ ਤੁਸੀਂ ਭਾਜੀ ਹਰ ਜਗ੍ਹਾ ਇਹ ਦਿੰਦੇ ਇਹ ਦੇਖੋ ਇਹ ਕੰਟੇਨਰ ਸਾਡੇ ਕੋਲ ਜਿੱਥੇ ਵੀ ਜਾਓਗੇ ਭਾਜੀ 500ml ਦਾ ਕੰਟੇਨਰ ਹਰ ਜਗ੍ਹਾ ਫੁੱਲ ਡਿਸ਼ ਤੁਹਾਨੂੰ 500ml ਦੇ ਵਿੱਚ ਮਿਲਦੀ ਹੈ ਅਸੀਂ ਇਹ 500ml ਨੂੰ ਹਾਫ ਚ ਯੂਜ਼ ਕਰਦੇ ਐ ਅਸੀਂ ਸਿਰਫ ਤੇ ਸਿਰਫ 110 ਰੁਪਏ ਦੇ ਵਿੱਚ ਕੜਾਈ ਪਨੀਰ ਹਾਫ ਦਿੰਦੇ ਦੀ ਅਹੀ ਦਾਲ ਮਖਣੀ ਇੱਕ 120 ਰੁਪਏ ਦੇ ਵਿੱਚ ਫੁੱਲ ਦੇ ਦੀ ਇਹੀ ਦਾਲ ਮੱਕਣੀ ਸਾਡੀ ਇਹ ਦੇਖ ਲੋ 70 ਰੁਪਏ ਦੇ ਹਾਫ ਹੈ ਜੀ ਇਹ ਚੀਜ਼ ਅਸੀਂ ਪੈਕ ਕਰੀ ਦੀ ਹੈ ਅੱਜ ਕਿਸੇ ਨੇ ਕੜਾਈ ਪਨੀਰ ਦਾ ਆਰਡਰ ਦਿੱਤਾ ਘਰ ਲੈ ਕੇ ਜਾਣਾ ਘੜ ਤੋਂ ਘੜ 5-7 ਜੀ ਖਾਣਗੇ ਵੀਰ ਜੀ ਇਸ ਚੀਜ਼ ਨੂੰ ਇਹ ਘਰ ਇੱਕ ਬਣੇ ਦਾ ਕੰਮ ਨਹੀਂ ਹੈਗਾ ਜੀ ਇਹ ਘਰ ਜਾ ਕੇ 5-10 ਜਣੇ ਆਉਣਗੇ ਤੇ 4-2 ਤੋਂ ਡਿਸ਼ਾ ਪੈਕ ਕਰਾ ਕੇ ਲੈ ਜਾਓ ਤੇ ਘਰ ਜਾ ਕੇ ਨਜ਼ਾਰੇ ਲਓ ਆ ਦੇਖੋ ਜੀ ਇਹ ਸਾਡਾ ਕੜਾਈ ਪਨੀਰ ਹੋ ਗਿਆ ਵੀਰ ਜੀ ਉੱਪਰ ਕੀ ਦੇਸੀ ਕੇ ਉਪਾਈ ਦਾ ਜੀ ਐ ਪੂਰੀ ਗਾਰਨਿਸ਼ ਕਰਕੇ ਦੇ ਦਦਾ ਇਦਾਂ ਨਹੀਂ ਦੇ ਦੇਣਾ ਕਿਸੇ ਨੂੰ ਅਸੀਂ ਇਹ ਪੂਰਾ ਦੇਸੀ ਕੇ ਉਪਾ ਕੇ ਦੇਣਾ ਫਿਰ ਉਸ ਤੋਂ ਬਾਅਦ ਦੂਜਾ ਤੁਹਾਨੂੰ ਕਰਨ ਜਾ ਰਿਹਾ ਆਪਾਂ ਦਾਲ ਮਖਣੀ ਤਿਆਰ ਕਰਾਂਗੇ ਜੀ ਆਹ ਦੇਖੋ ਦਾਲ ਮਖਣੀ ਦੀ ਰੰਗਤ ਦੇਖੋ ਵੀਰ ਜੀ ਰੰਗਤ ਦੇਖੋ ਦਾਲ ਮਖਣੀ ਓਕੇ ਦਾਲ ਮਖਣੀ ਦਾ ਕਲਰ ਦੇਖੋ ਤੇ ਦਾਲ ਮਖਣੀ ਸ਼ਕਲ ਦੇਖੋ ਭਾਜੀ ਆਪਣੇ ਆਪ ਜਿਹੜਾ ਬੰਦਾ ਇੱਕ ਵਾਰੀ ਖਾਏਗਾ ਉਹਨੂੰ ਆਪਣੇ ਆਪ ਪਤਾ ਲੱਗ ਜਾਏਗਾ ਵਾਕਿਆ ਕੀ ਕੁਆਲਿਟੀ ਦੀ ਹੈ ਪੂਰਾ ਡੱਕ ਕੇ ਦੇ ਰਹੇ ਹਾਂ ਮੈਂ ਕਹਾਂ ਜੀ ਪੂਰਾ ਭਰ ਕੇ ਦੇਦਾ ਭਾਈ ਇਹਨੂੰ ਭੇਪ ਲੈਣੇ ਆਪਾਂ ਗਾਗ ਨੂੰ ਘੱਟ ਕਿਉਂ ਦੇਣੀ ਚੀਜ਼ ਜੀ ਠੀਕ ਹੈ ਆਹ ਦੇਖੋ ਜੀ ਔਰ ਪੂਰਾ 1000 ml ਦੇ ਵਿੱਚ ਵੀਰ ਜੀ ਇੱਕ ਇਹ ਦੇ ਕੁਆਲਿਟੀ ਘਰ ਦੇ ਵਿੱਚ ਦਾ 8 10 ਜੀ ਹੋਣ ਦੋ ਦੋ ਸਬਜ਼ੀਆਂ ਇੱਕ ਇੱਕ ਦੋ ਦੋ ਸਬਜ਼ੀ ਪੈਕ ਕਰਾ ਕੇ ਲੈ ਜਾਓ ਭਾਜੀ ਤੁਹਾਨੂੰ ਘਰ ਸਬਜ਼ੀ ਨਹੀਂ ਮੁਕਣੀ ਰਾਤੀ ਦਾ ਖਾਓਗੇ ਸਵੇਰੇ ਨਾਸ਼ਤੇ ਵਿੱਚ ਵੀ ਖਾਓਗੇ ਭਾਜੀ ਠੀਕ ਹੈ ਆ ਦੇਖੋ ਇਹ ਆਈ ਸਾਡੀ ਮਿਕਸ ਵੈਜੀਟੇਬਲ ਜੀ ਮਿਕਸ ਵੈਜੀਟੇਬਲ ਦਾ ਕਲਰ ਦੇਖੋ ਤੁਸੀਂ ਇਹ ਨਹੀਂ کہیں ਦੇ ਵਿੱਚ ਕੋਈ ਸਬਜ਼ੀ ਨਹੀਂ ਪਾਈ ਦੀ ਸਾਰੀਆਂ ਸਬਜ਼ੀਆਂ ਮਿਕਸ ਪਾਈ ਦੀਆਂ ਇਹਦੇ ਗੋਭੀ ਆ ਗਏ ਮਟਰ ਆ ਗਏ ਗਾਜਰ ਆ ਗਏ ਸ਼ਿਮਲਾ ਮਿਰਚ ਆ ਗਏ ਮਸ਼ਰੂਮ ਆ ਗਏ ਸਾਰੀਆਂ ਚੀਜ਼ਾਂ ਪਾਈ ਦੀਆਂ ਭਾਜੀ ਤਾਂ ਕਿ ਹਰ ਬੰਦੇ ਨੂੰ ਆਪਣਾ ਟੇਸਟ ਲੱਗੇ ਪਤਾ ਲੱਗੇ ਵਾਕਿਆ ਮਿਕਸ ਬਾਏ ਟੇਬਲ ਖਾਦੀ ਹੈ ਜੀ ਭਾਜੀ ਜੇ ਅਹੀ ਸਮਾਨ ਤੁਸੀਂ ਅਹੀ ਕੁਆਂਟੀਟੀ ਤੁਹਾਡੇ ਘਰ ਜੇ ਕੋਈ ਗੈਸਟ ਆਏ ਨੇ ਤੁਹਾਡੇ ਘਰ ਮਹਿਮਾਨ ਆਏ ਨੇ ਤੇ ਇੰਨੀ ਕੁਆਂਟੀਟੀ ਤੁਸੀਂ ਆਪਣੇ ਘਰ ਦੇ ਵਿੱਚ ਬਣਾਓਗੇ ਨਾ ਇਹ ਸਾਰਾ ਸਮਾਨ ਆ ਗਿਆ 200 ਦੇ 180 380 ਤੋਂ 500 ਰੁਪਏ ਦੇ ਵਿੱਚ ਆ ਜਾ ਰਿਹਾ ਤੇ ਇੰਨਾ ਸਮਾਨ ਤੁਸੀਂ ਘਰ ਬਣਾਇਆ ਤੁਹਾਡੀ ਘਰ ਕੋਸਟ ਜ਼ਿਆਦਾ ਆਏਗੀ ਠੀਕ ਹੈ ਔਰ ਇੰਨਾ ਟੇਸਟੀ ਤੁਹਾਡੇ ਕੋਲ ਘਰ ਨਹੀਂ ਬਣੇਗਾ ਜਿਹੜੀ ਅਸੀਂ ਚੀਜ਼ਾਂ ਕਾਜੂ ਮਗੀ ਦੀ ਗਰੇਵੀ ਨਾਲ ਤਿਆਰ ਕੀਤਾ ਦੇਸੀ ਘਿਓ ਨਾਲ ਅਮੂਲ ਮੱਖਣ ਕਰੀਮ ਨਾਲ ਅਮੂਲ ਦੀ ਅਮੂਲ ਮੱਖਣ ਨਾਲ ਇਹ ਸਾਰੀਆਂ ਜਿਹੜੀ ਚੀਜ਼ਾਂ ਅਸੀਂ ਤਿਆਰ ਕੀਤੀਆਂ ਨਾ ਬੜੀ ਰੀਜ਼ ਨਾਲ ਬੜੀ ਤਸ ਤਾਂ ਕਿ ਤੁਸੀਂ ਖਾਓਗੇ ਤੁਹਾਨੂੰ ਪਤਾ ਲੱਗ ਜਾਏ ਯਾਦ ਆ ਯਾਦ ਆ ਕੋਈ ਚੀਜ਼ ਖਾਦੀ ਅਸੀਂ ਜੀ ਤੁਸੀਂ ਆ ਦੇਖੋ ਉਤੋਂ ਅਸੀਂ ਇਹੀ ਨਹੀਂ ਗਏ ਉਤੋਂ ਦੇਸੀ ਕਿ ਪੂਰਾ ਠੋਕੇ ਪਾਇਦਾ ਤਾਂ ਕਿ ਕਸਟਮਰ ਨੂੰ ਘਰ ਜਾ ਕੇ ਦੁਬਾਰਾ ਜੇ ਗਰਮ ਕਰਨ ਦੀ ਲੋੜ ਵੀ ਪੈ ਜਾਏ ਘੰਟੇ ਅੱਧੇ ਘੰਟੇ ਬਾਅਦ ਤਾਂ ਉਹ ਵਧੀਆ ਤਰੀਕੇ ਨਾਲ ਗਰਮ ਹੋ ਜਾਏ ਤਾਂ ਵਧੀਆ ਤਰੀਕੇ ਨਾਲ ਖਾਏਗਾ ਸਰ ਤੇ ਜਿਹੜਾ ਵੀ ਕੋਈ ਭੈਣ ਭਰਾ ਕੇ ਤੇ ਛੋਟਾ ਮੋਟਾ ਕੋਈ ਫੰਕਸ਼ਨ ਕਰਨਾ ਚਾਹੁੰਦਾ ਹੈ ਘਰ ਦੇ ਵਿੱਚ ਕੋਈ 10 15 ਜਣਿਆਂ ਦੀ ਪਾਰਟੀ ਕਰਨਾ ਚਾਹੁੰਦਾ ਤਾਂ ਵੇ ਜਿਝਕੋ ਕੇ ਤੇ ਸਾਡੇ ਕੋਲ ਆਓ ਇਹ ਵੀ ਤੁਹਾਡਾ ਘਰ ਹੀ ਹੈ ਤੁਹਾਡੀ ਸੈਕੰਡਰੀ ਰਸੋਈ ਹੈ ਇੱਥੇ ਤੁਹਾਨੂੰ ਅਸੀਂ ਵਧੀ ਇੱਕ ਵਾਰੀ ਜ਼ਰੂਰ ਆਓ ਤੁਸੀਂ ਜਿਹੜਾ ਵੀ ਕੋਈ ਭੈਣ ਭਰਾ ਆਂਦਾ ਹੈ ਅੰਮ੍ਰਿਤਸਰ ਦੇ ਵਿੱਚ ਸੇਵਾ ਦਾ ਜ਼ਰੂਰ ਮੌਕਾ ਤੇ ਇੱਕ ਵਾਰੀ ਜ਼ਰੂਰ ਖਾ ਕੇ ਜਾਓ ਤੇ ਸਾਨੂੰ ਕਮੈਂਟ ਚ ਦੱਸ ਕੇ ਜਾਓ ਕਿ ਕੀ ਕਿੰਦਾ ਦੀ ਕੁਆਲਿਟੀ ਦਾ ਕਿੰਦਾ ਦੀ ਸਰਵਿਸ ਦਾ ਸਾਡੀ ਪਾਜੀ ਥੈਂਕ ਯੂ ਜੀ ਧੰਨਵਾਦ